जैसे ही घर से निकला ताबूत मुझ तबाह का, जैसे ही घर से निकला ताबूत मुझ तबाह का, तीरों में गिर गया था, तीरों में गिर गया था फर्जंद मुर्तजा का। मुसलमानों हैरान हमें थोड़े, जिस रसूल का तुम्हें कलमा पढ़ते उसने पुत्र दे फिक्र देवे अदाकारी देवे मिशन देवे रुकावटा पाते मुसलमाना के पास मुखातिब होके इस बड़ी अजीब गल की है। भारत में आता तो पर्दे में उतारा जाता, भारत में आता तो पर्दे में उतारा जाता, चांद बनी आशम का न धोखे न मारा जाता, से न उठते दिन रात भी होती पूजा, इस देश की नगरी का भगवान पुकारा। जैसे घर से निकला ताबूत मुझ तबाह का, जैसे घर से निकला अब्बास की वफा का। हाय हसन, हाय हसन, जैसे ही घर से निकला ताबू। मेरे दुनिया से दो काम बाकी रह गए, एक मेरा सजदा, एक मेरा खुतबा। सरकार हुसैन अर्ज करें ते बाबा सजदा मैं देसा, मेरी आलिया हुसैन जनाबे ज़ैनब सलामुल्लाह अलैहा जीवे मौला हसन दी कंध दे पिछे खड़े आए, बाबे दे सामने आप क्या दिन बाबा मैं वादा करें दिया के खुतबा मैं पूरा करूं, और अली दी धी ने हक अदा कीता है, जड़ा रसूल दिया निवासियां आईयां न मक्तल दे विच बिरावा पुत्रा मेहमाना दिया लाशा डिठियां, ते फिर अली दिया धीया ने हथा दा नहीं बल्कि पत्थरा दा पातन। क्यों रसूल दिया निवासियां दे हाथ पसे गर्दन बदे गए, यजीद दा हुक्म आके छतरी शाहरा चू फिरा के रसूल दिया निवासियां को दमिश्क दे पहुंचाना है। अगर हर शहर दे विच ਇਵੇਂ ਰਸੂਲ ਦੀਆਂ ਨਿਵਾਸੀਆਂ ਨੇ ਮਾਤਮ ਕੀਤਾ, ਲੋਕਾਂ ਨੂੰ ਪਤਾ ਲੱਗ ਪਿਆ ਸੀ ਕਿ ਹੁਸੈਨ ਹੱਕ ਤੇ, ਹੁਸੈਨ ਬਾਗੀ ਨਾ ਹਾ ਹੁਸੈਨ ਨਿਮਾਜ਼ੀ ਹਾ। ਮੌਲਾ ਤੁਹਾਡੇ ਪਰਦੇ ਸਲਾਮਤ ਰੱਖੇ, ਕਿਉਂਕਿ ਅਜ਼ੀਮ ਇਬਾਦਤ ਤੇ ਮਾਤਮ ਮਜ਼ਮੂਮ ਇਮਾਮ ਦੀ ਸ਼ਹਾਦਤ ਜਿਨ੍ਹਾਂ ਨੂੰ ਨਾਨਾ ਹੋਰ ਤੇ ਚਾਰ ਵੀ ਘਰ ਤੋਂ ਲੈ ਕੇ ਮਸਜਿਦ ਤੱਕ ਕਿੰਨੇ ਚੱਕਰ ਲਾਏ। ਮੇਰੀ ਆਲੀਆ ਹੁਸੈਨ ਜਨਾਬੇ ਜ਼ਹਰਾ ਸਲਾਮੁੱਲਾ ਸ਼ੇਖ ਸ਼ਾਹਜਨ ਹਸਨ ਤੇ ਹੁਸੈਨ, ਹੁਣ ਮੇਰਾ ਬਾਬਾ ਥੱਕ ਗਿਆ ਹੈ, ਰਸੂਲ ਦੇਖ ਕੇ ਫਰਮਾਨੇ ਜ਼ਹਰਾ ਇਸ ਰਾਹ ਤੇਰੀ ਦਫਤ ਨਾ ਡੇ, ਅਜੇ ਨਾਨੇ ਕੋ ਅਜ਼ਮੇਂਦੇ ਪੈਣ ਕੱਲ ਨਾ ਲੰਘੇ। ਅਰਜ਼ਾ ਕਰੇ ਮਾਂ ਪਿਲਾ ਗਏ ਉਹ ਜਦੇ ਜਿਗਰ ਦੇ ਟੁਕੜੇ, ਆਏ ਵੋ ਪਾਰ ਆਏ ਜਾਂਦੇ ਪਾਲ ਯਤੀਮ ਰੁਲਾਏ,
ਬੜੀ ਲੰਮੀ ਗੱਲ ਹੈ ਮੇਰੀਆਂ ਸਹੇਲੀਆਂ ਜਦੋਂ ਮੇਰੀਆਂ
ਸੈਣੀਆਂ ਜਾਂ ਨਸਰ ਮੌਲਾ ਦੇ ਘਰ ਮੇਰੀ ਸੈਣ ਪਰਵਾਹ ਦੀ ਕਿਹੜੀ ਹਾਲਤ ਮੈਂ ਥਾਲ ਚਾਇਆ ਹੋਇਆ ਹੈ ਇਮਾਮ ਦੇ ਜਿਗਰ ਦੇ ਟੁਕੜੇ ਕਬੀਰ ਦੇ ਬਾਹਰ ਪਿਆ ਨੇ ਥਾਲ ਤੇ ਜਲੇ ਦੀ ਲੱਗੀ ਏ ਕਾਸਮ ਦੀ ਮਾਂ ਅਸਲ ਮੌਲਾ ਨੇ ਜਿਹੜਾ ਫੇਰਾ ਨੂੰ ਰਿੱਟਾ ਹੈ ਦੇ ਕਾਦਰ ਪਰਵਾਹ ਥਾਲ ਨੂੰ ਲੁਕਾ ਮੇਰੀਆਂ ਭੇੜੀਆਂ ਇਮਾਮ ਨੇ ਜਿਗਰ ਦੀ ਹੱਥ ਰੱਖਿਆ ਹੋਇਆ ਹੈ ਬੀਬੀ ਜ਼ੈਨਬ ਦੀ ਕਿਹੜੀ ਹਾਲਤ ਮੇਰਾ ਦੁਆ ਦੇ ਅੱਲਾ ਰੋ ਕੇ ਆ ਜੇ ਤੇਰਾ ਜਿਗਰ ਤੂੰ ਹੱਥ ਦੇ ਕੇ ਅੱਜ ਮਾਂ ਦੇ ਪਾਸੇ ਵਾਲਾ ਜ਼ਖਮ ਯਾਦ ਮੇਰੀ ਸਾਈਂ ਮੇਰਾ ਉਹਦੇ ਜਿਗਰ ਦੇ ਟੁਕੜੇ ਜਲੇ ਦੀ ਵੱਤੀ ਏ ਮੇਰੀ ਸਾਈਂ ਦੇ ਤਿਆ ਦੀ ਹਸਨ ਵੀਰ ਦਸਾਏ ਕਈ ਜ਼ੁਲਮ ਕੀਤਾ ਏ ਕਈ ਜ਼ੁਲਮ ਦੀ ਜ਼ਾਹਰ ਦਿੱਤੀ ਆ ਰੋਦਾ ਨਜ਼ਾਰ ਦਿੱਤੀ ਏ ਮੇਰੇ ਮਾਂ ਦੇਖ ਕੇ ਫਰਮੇ ਦਿਲ ਕਿੱਥੇ ਮੇਰਾ ਘਰ ਭਲਾ ਉਹਦਾ ਗਰੀਬ ਮੁਸਾ ਹੌਲੀ ਹੌਲੀ ਆ ਜਾਏ ਮੌਲਾ ਉਹ ਮੇਰਾ ਵੀ ਮੇਰਾ ਮੈਂ ਖੜਾ ਮੇਰਾ ਕੱਢੇ ਕੇ ਫਰਮੇ ਦਾ ਗੁੱਸਾ ਹੈ ਹੱਥ ਵਧਾ ਹੁਸੈਨ ਨੇ ਹੱਥ ਵਧਾਇਆ ਹੈ ਮੇਰੇ ਮੌਲਾ ਦੇਖ ਕੇ ਫਰਮੇ ਦੇ ਨੂੰ ਜ਼ੈਨਬ ਆਪਣਾ ਹੱਥ ਮੈਨੂੰ ਦੇ ਸ਼ਬੀਰ ਦੇ ਹੱਥ ਦਾ ਹੱਥ ਰੱਖ ਕੇ ਮੇਰੇ ਮੌਲਾ ਫਰਮੇ ਦੇ ਹਮੇਸ਼ਾ ਪਰਦਾ ਬੇੜਾ ਦੀਆਂ ਬਿਰਾਵਾਂ ਨੂੰ ਦਿੱਤੀਆਂ ਹੋਈਆਂ ਇਮਾਮ ਦੇਖ ਕੇ ਫਰਮੇ ਦੇ ਮੈਂ ਜਾਣਦਾ ਜ਼ੈਨਬ ਤੇਰੇ ਸਵਾ ਮੇਰੇ ਹੁਸੈਨ ਦੀ ਕੋਈ ਨਹੀਂ ਉਹ ਗੱਲ ਕੀਤੀ ਹੈ ਮੌਲਾ ਹਸਨ ਨਾ ਮਾਰ ਕੇ ਰੁਨੇ ਮੇਰੀ ਸੈਣਾ ਦੀ ਅਸਨ ਵੀ ਜ਼ਰਾ ਵਜ਼ਾ ਤੇ ਨਾਲ ਦੱਸਾ ਕਿਉਂ ਰੁਨੇ ਹੋ ਕਿਉਂ ਪਰਦਾ ਬੇੜੇ ਦਿਓ ਮੇਰੇ ਮੌਲਾ ਹਸਨ ਵੀ ਦੇਖ ਕੇ ਫਰਮੇ ਦੇ ਦੋ ਮਹਾਜ਼ਿਨ ਦੋ ਮਹਾਜ਼ਿਨ ਮੇਰੇ ਸਾਹਮਣੇ ਜਿਨ੍ਹਾਂ ਕੋ ਦੇਖ ਕੇ ਮੈਂ ਰੋਂਦਾ ਪਿਆ ਮੇਰੀ ਸੈਣਾ ਜੀ ਉਹ ਮੇਰਾ ਮੀਰ ਬਿਰਾ ਇਮਾਮ ਬਰਾ ਦੱਸਾ ਤੇ ਸਹੀ ਮੇਰੇ ਮੌਲਾ ਨੇ ਕਿਹਾ ਦੇ ਪਹਿਲੇ ਮਹਾ ਦਾ ਨਾਮ ਹੈ ਕਰਬਲਾ ਜਿਹੜਾ ਅੱਲਾ ਨੇ ਹੁਸੈਨ ਦੇ ਜ਼ਿੰਮੇ ਲਾਇਆ ਹੈ ਉਹ ਮਹਾ ਕੀ ਸੌਖਾ ਹੈ ਦੂਜੇ ਮਹਾ ਦਾ ਨਾਮ ਹੈ ਸ਼ਾਮ ਹੋਇਆ ਸ਼ਾਮ ਮਾਦਰੀ ਹੋਣਾ ਚਾਹੀਦਾ ਜਿਹੜਾ ਇਮਾਮ ਨੇ ਕੀਤੀ ਹੈ ਗਾਲ ਮੇਰੇ ਮਾਂ ਦੀ ਢਾਹ ਨਿਕਲੀ ਹੈ ਮਰਦਾਂ ਦੇ ਨਾਲ ਤੇਰਾ ਬਹਾਦੋ ਖਾ ਜਾਂਦਾ ਨਾਮ ਤੇਰੀ ਮੈਦਾਨ ਦੇ ਵਿੱਚ ਜੰਗ ਨਹੀਂ ਹੋਣੀ ਤੇਰੀ ਤੰਗ ਗਲੀਆਂ ਦੇ ਸਕਦਾ
مہاراج جلال میری قسمت نہیں دفنا سکتا اس سائے دے جادے تواڈا کیڑا اعتراض ہے شار وی میرے نانے دا کھدا وی نانے دے کول پیا میت وی میرے بھرا دا ہن میں کیویں آکھاں میرے سلوا کھڑے اشارہ کرنا ہے شبیر دی پہلا تیر مکان دی چھت تو آیا تیر مارن والا مرد نہ عورت پہلا تیر آیا لسطر تیر حسن دے جنازے تے شبیر میرا دے جنازے تے جھک گیا ہے جنو پاس جائے پاس بجتا گھر دے وچ آیا ہے تلوار چڑھائی ہاتھ مار کے آ جائے ماں دے خالی ولر دا میرا دنیا تے آون دا کیا فائدہ ہے اپنے میرا دے میت تے تیر پہ لگ دے بی بی زینب آدھی ہے تے میرا حسین کتھے او میں سنگ میرا دے میت تے جنیا ہویا ہے آواز ہوگی ہے جی میں حسین آکی میں کرے جنگ نہیں کری محبینا زیادہ سارا دی اولاد دی قسمت سارا دی پترا دی قسمت آخری دا پیادا جڑے ماتم کرنا چاہتے ہو ماتم دے سر جملہ پیادا پھر پیادا رسول دے نواسیا دی مقدر ایک دے میت دے تیر لگے دوجے دا چلا دا تیرا دے تیر سین دا یا دے کت کت رو رو میں دے غریب بچے ہوئے Thank you.
जैसे ही घर से निकला ताबूत मुजतबा का, जैसे ही घर से निकला ताबूत मुजतबा का, तीरों में गिर गया था, तीरों में गिर गया था फर्जंद मुर्तजा का, कुछ भी न खौफ आया, कुछ भी न खौफ आया दिल में तेरे खुदा का, हाय हसन हाय हसन, जैसे ही घर से निकला ताबूत मुजतबा का, जैसे ही घर से निकला सबसे पहले यहाँ पे उसमें हाजिर है आज यहाँ पे उल्डम से हजरत इमाम हसन अलैहिस्सलाम शहादत के हवाले से और जनाब पैगंबर इकरामी सल्लल्लाहु अलैहि वसल्लम के हवाले से आज यहाँ से पहली मरतबा प्रारंभ किया गया है, और जो कि अपने जो रास्ते हैं उसे गुजरता हुआ उसे इस्लामी मिशन तक जाएगा। दरअसल ये जितने हमारे मोमिनीन इकराम उसमें शिरकत फरमाते हैं ये असल में उस दुआ का असर है कि जो पैगंबर इकराम सल्लल्लाहु अलैहि वसल्लम ने फरमाई थी कि इन्ना लिल्लाहि हुसैन हरारा तक, ये हुसैन अलैहिस्सलाम की शहादत के बाद एक हरारत है कि जो मोमिनीन के दिलों में खालिक कायनात की तरफ से पैदा हो चुकी है कि जो कभी भी ठंडी नहीं हो सकती। और यकीनन आज जो इमाम हसन अलैहिस्सलाम के हवाले से जो जुलूस यहाँ पे बरामद किया गया है ये वो मजलूम इमाम है कि जिनके शहादत के बाद दिन पे दोबारा फिर जुल्म किया गया, और जब मौला का जनाजा इमाम हुसैन अलैहिस्सलाम और पूरे घर वाले लेके जो है वो दफन करने के लिए रोज़ा रसूल पे गए तो उस दौर के मुसलमानों ने उस ताबूत को उस जनाजे को वहाँ पे दफन नहीं होने दिया बल्कि उस जनाजे पे तीर बरसाए गए जो ज़ाहरी तौर पे मुसलमान कहलवा रहे थे, लेकिन उनकी ये हरकत थी कि जो इमाम हुसैन अलैहिस्सलाम की मौजूदगी में वहाँ पे इमाम हसन अलैहिस्सलाम के जो है वो जनाजे पे उन्होंने तीर बरसाए, और जहाँ पर रिवायात हैं उनमें 70 तीर तक की रिवायात मिलती है। लेकिन सोचना ये है कि लेके जाने वाले जो जनाजा जा रहा था वो पैगंबर इकरामी सल्लल्लाहु अलैहि वसल्लम के नवासे का था, जो लेके जा रहे थे वो भी पैगंबर इकरामी सल्लल्लाहु अलैहि वसल्लम के नवासे थे, और बाद में ये वही नवासे हैं कि जिनके बारे में बड़े बड़े उलमा ने इस हवाले से लिखा है और मुहद्दस दहलवी ने भी लिखा है कि बाद अज पैगंबर जब सहाबा इकराम आया करते थे अमीरुल मोमिनीन के दरवाजे पे तो दस्तक देने के बाद यही कहा करते थे कि हमने हसनैन से मिलना है, इसलिए कि आधा जो तस्वीर है वो इमाम हुसैन की पैगंबर से मिलती है और आधी तस्वीर जो है वो इमाम हसन अलैहिस्सलाम की जो है वो पैगंबर इकरामी से मिलती है।
یہ کیسے کلمہ گو انسان ہے کہ جو مانتے ہیں کہ یہ شبیہ پیغمبر گرامی صلی اللہ علیہ وسلم ہے, اور اس گھر نے وہ جو پیغمبر گرامی صلی اللہ علیہ وسلم نے جس دین کی خاطر اتنی محنت کی ہے, اتنی زحمتیں اٹھائی ہیں, اس کے علاوہ 124,000 انبیاء اکرام نے جس دین کے لیے اتنی محنت و کاوش کی ہے, اس دین کی بقا کے لیے اپنی ساری زندگی کو صرف کیا ہے, اور وہ جو کربلا میں ہوا وہ بھی یہی تھا کہ وہ یزید جو ہے وہ مٹانا چاہتا تھا, اس پورے کے پورے سلسلے کو ختم کرنا چاہتا تھا, قرآن حکیم کی جو حقیقت ہے اس کا انکار کر رہا تھا, اور باقی جو احکام شریعت ہیں ان کا انکار کر رہا تھا. تو امام حسین علیہ السلام نے وہاں پہ اس کو منہ توڑ جواب دے کے اس بات کو واضح کر دیا کہ ہم کل بھی حمید ہیں کہ جو وارث مصطفیٰ تھے, اور مشن رسول کے جو وارث ہیں وہ کل بھی ہم تھے, اور جو احکام خدا بندی ہے اور جو پیغام خدا ہے اس کو کل بھی بچانے والے ہم تھے, اور قیامت تک ہم ہی اس مشن کو لے کے چلیں گے بھی, اور جہاں پہ بھی کوئی تاغوتی طاقتیں اس مشن کو مٹانے کی کوشش کریں گی, اس مشن پہ شب خون مارنے کی کوشش کریں گی, تو ہم اس کا ڈٹ کے مقابلہ کریں گے, اور دنیا میں روضہ روشن کی طرح واضح کر دیں گے کہ کل بھی توحید کے لیے اور مشن انبیاء اکرام علیہ السلام کے لیے, بقائے قرآن کے لیے, بقائے اسلام کے لیے جو قربانیاں دینے والے ہیں وہ محمد و آل محمد کا گھرانہ ہے. اور بعد میں آج تک آپ دیکھیے کہ پوری دنیا میں بڑے سارے مقامات ایسے ہیں کہ جہاں پہ آزاداران شہداء کا آزاداران سید الشہداء جو ہیں ان کو کوئی اور قصور نہیں ہوتا, فقط قصور یہ ہوتا ہے کہ یہ مشن کو لے کے چلے ہوئے ہیں, اس مشن کو کہ جو امام حسن علیہ السلام کا مشن ہے, امام حسین علیہ السلام کا مشن ہے, پیغمبر گرامی کا جو ہے وہ مشن ہے, خدا تعالیٰ کے جو ہے وہ جو حکم ہے اس کے تابع چلتے ہوئے, اور اسی جرم کی وجہ سے کہیں پہ بم بلاسٹ کیے جاتے ہیں, تو کہیں کسی طرح کی کاروائیاں کی جاتی ہیں. تو آج بھی یہ وہی لوگ ہیں کہ جو کل نواس رسول پہ تیر برسانے والے تھے, تو آج محبان نواس رسول پہ بموں سے حملہ کرتے ہیں, ان کو پریشان کرتے ہیں, ان کو کسی بھی طریقے سے ٹارچر کرنے کی جو ہے وہ کوشش کرتے رہے, لیکن یہ کبھی بھی مشن جو ہے وہ ختم نہیں ہو سکتا, اس میں کمی نہیں ہو سکتی, یہ ہر دن اس میں عروج آئے گا, اس لیے کہ یہ کسی عام بندے کا اس میں کوئی عمل نہیں ہے, اس میں دعائے جناب سیدہ فاطمہ الزہرا سلام اللہ علیہا شامل ہے, دعائے پیغمبر گرامی صلی اللہ علیہ وسلم جو ہے وہ بھی شامل ہے. ہم یہی دعا کرتے ہیں کہ خالق حقیقی ہمیں صحیح معنوں میں جہاں پہ ہم صرف دعوے کرتے ہیں, صرف دعووں تک نہیں بلکہ پریکٹیکلی طور پر ہمیں پیغمبر گرامی صلی اللہ علیہ وسلم کی سیرت پہ عمل کرتے ہوئے اور ان کے نواسوں نے جس مشن کو زندگی بخشی ہے, جس اسلام کے لیے انہوں نے پورا گھر جو ہے وہ قربان کیا ہے, اس مشن میں ہمارے ساتھ تمام اہل اسلام جو بھی لا الہ الا اللہ محمد رسول اللہ پڑھنے والا ہے, اس کا حق بنتا ہے کہ ان ایام میں وہ ہمارے ساتھ شامل ہو, تاکہ قیامت کے دن جب بارگاہ خداوندی میں جائیں کم از کم ان کا شمار عزاداری سید الشہداء مشن آل محمد کو روکنے والوں میں شمار نہ ہو, بلکہ اس مشن کو جاری و ساری رکھنے والے ان کا شمار ہو. یہی آخر پہ اعتماد ہے کہ خالق حقیقی ہم سب کو حقیقت میں محمد و آل محمد کی سیرت پہ عمل کرنے کی توفیق عطا فرمائے, اور جیسا خالق اکبر اور محمد و آل محمد چاہتے ہیں ہمیں ویسا کرنے کی توفیق عطا فرمائے. امامت کا زہرا کے جگر کا پارا جیسے ہی گھر سے نکلا ہے دوسرا لال جیسے ہی امامت کا زہرا کے جگر کا پارا جیسے ہی گھر سے نکلا پنجتن کے پا جس کا بابا
اسلام کی بقا کا ہائے حسن ہائے حسن جیسے ہی گھر سے نکلا تابوت ہے رحمت دونوں عالم کی گھر سے نکلا تابوت ہے رحمت دونوں عالم کی کیوں بھولیں اس ہستی کو Yusuf, Abu Islam.
podcast. Today we are gathered for martyrdom of Imam Hassan alayhi salam. Imam Hassan alayhi salam was poisoned in Medina. This is actually a procession for Julus. So we are gathered mourning Imam Hassan alayhi salam. As you know, we just finished the Arba'een procession of Hussain alayhi salam, martyred in Karbala with all his family members. So this is just a continuing of Imam Hassan alayhi salam, telling people about him in regards to what he did and what kind of noble Imam he was when he was in Medina. Even at the moment of time of his martyrdom, he was so merciful. He told his wife that, look, this world for you will not be good, what you are doing, and the year after will be just as shameful as you are giving me something to drink, which is going to affect you in your future life. Imam Hassan al-Islam, they said he was the Kareem of the Ahlul Bayt al-Islam, he was the merciful of the Ahlul Bayt al-Islam. A man tried to get Imam Hassan al-Islam annoyed once, but Imam Hassan al-Islam kept his patience. Just like all the other Imams, they had great patience, forbearance in difficulties and things like that. This is a recalling memory, telling people that what happened to the household of the Prophet, peace be upon him, especially what Imam Hassan al-Islam, when he wanted to get buried in Medina, to the choice, which obviously the Prophet, peace be upon his family, has more choice than anybody and has more rights than anybody else, who is given by Allah subhanahu wa ta'ala. We see that Imam Hassan al-Islam, when they took him towards the graveyard to bury him, there was people there, tyrant, distardly, evil, cruel men waiting actually at that moment of time, who didn't want Imam Hassan al-Islam to get buried there. And obviously, weighing down spears, arrows on Imam Hassan al-Islam's coffin. And Imam Hassan al-Islam was, again, a merciful Imam. They didn't want trouble that Bani Hashim did. Ibn Abbas was going to, you know, defend himself at that moment of time, you know, going to fight. But Imam Hassan al-Islam turned around and said, we are not here to fight. We're here to convey the message and try to deal with this in the best of manners. But apparently, people of that time, the evil tyrants at that time, didn't look at that. And they returned Imam Hassan al-Islam back to the household of the Prophet, peace be upon him, full of arrows and rain of arrows. And he was actually in a dreadful moment at that time for the Ahlul Bayt al-Islam, for Imam Hassan al-Islam. And this is actually, again, something which we do every year, and it's something which we want to tell people, make people aware of, so people are alert in what happened, and wherever injustice is happening around the world, we will speak around, especially when it's the Prophet, peace be upon his family, who actually gave many sacrifices for Allah subhanahu wa ta'ala and Islam. Alhamdulillah Rabbil Alameen. जैसे ही घर से निकला ताबूत मुजतबा का, जैसे ही घर से निकला ताबूत